Nanak Dev.
Good.
ساری سمیت پلی پانت جان دے ہو صاحب سری گرو نانک صاحب جی دا پاون پویتر دیہڑا اٹھ تریف آ رہا ہے اور تھاں پر تھاں گرو کیاں سنگتاں گرو نانک نام لیوا ود چڑھ کے گرو صاحب جی دے آگمن دیاں خوشیاں منا رہے ہو اور اسے سبندھ وچ تقریباً ہر گردوارے وچ ایک ایک ہفتہ دو دو ہفتہ پہلے ہی دیوان چل رہے ہیں گرو کی سنگتاں لاہا لے رہی ہیں سو آؤ اج دا وی یہ دیوان صاحب سری گرو نانک صاحب جی دے آتم دیہاڑے نوں سمرپت ہے اور گردوارا صاحب ماتا صاحب کور جی گلائن کور سمو پربندھ کمیٹی تے صاحب نے آپ ترٹ کے رحمت کیتی ہے یہ مہان اپرالا کیتا گیا ہے گرو کی سنگتاں نوں گرو چرناں نال جوڑن دا سو آؤ سارے مل کے جو بھی سماں آپاں نوں اداساں نوں پراپت ہویا اس دا سمپورن لاہا لے لئیے صاحب جی دے دروں کولوں ورسائے ہوئے مہان کیرتنی گرو رام داس صاحب جی دے در کردے ستکار یوگ بھائی صاحب بھائی نرمل سنگھ جی ناگپوری اج ساڈے نال بیٹھے نے ساڈے نال نہیں سگوں میں انہاں دے نال بیٹھے ہیں پیر وہ ہے سو آؤ میرے پاک چنگے بھی انہوں نے سنگت وچ بیٹھن دا مینوں اج نصیب پراپت ہویا سو آؤ کوئی رسنا بن جی نہ رہ جی سارے مل کے حاضری لو گئی ਜਿਹੜੇ ਉਪਦੇਸ਼ ਨੇ ਨਾ ਉਹਨਾਂ ਨੂੰ ਵੀ ਗ੍ਰਹਿਣ ਕਰਨਾ ਹੈ ਕੇਵਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਲੈਣੀਆਂ ਕਾਫੀ ਨਹੀਂ ਗੁਰੂ ਨਾਨਕ ਸਾਹਿਬ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਜਿਨ੍ਹਾਂ ਵਿੱਚੋਂ ਸਾਨੂੰ ਬਹੁਤ ਗਹਿਰੇ ਉਪਦੇਸ਼ ਮਿਲਦੇ ਨੇ ਉਹ ਵੀ ਅਸੀਂ ਸਾਡਾ ਫਰਜ਼ ਹੈ ਗੁਰੂ ਦੀਆਂ ਸੰਗਤਾਂ ਤੱਕ ਪਹੁੰਚਾਉਣ ਦਾ ਔਰ ਇਸ ਪਾਵਨ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਘਰ ਬੈਠਿਆਂ ਯੋਗ ਮਿਲ ਸਕਦਾ ਹੈ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਬਾਹਰ ਥਾਂ ਥਾਂ 'ਤੇ ਤੀਰਥਾਂ ਦਾ ਰਟਨ ਕਰਨ ਨਾਲ ਥਾਂ ਥਾਂ 'ਤੇ ਇਸ਼ਨਾਨ ਕਰਨ ਨਾਲ ਸਾਡੇ ਮਨਾਂ ਨੂੰ ਸਾਡੇ ਦਿਲਾਂ ਨੂੰ ਚੈਨ ਨਹੀਂ ਆ ਸਕਦਾ ਸਾਡੇ ਉਹ ਮਨ ਦੀ ਪੂਰਤੀ ਪੂਰੀ ਨਹੀਂ ਹੋ ਸਕਦੀ ਜਿਹੜੀ ਆਪਾਂ ਘਰ ਬੈਠ ਕੇ ਪ੍ਰਾਪਤ ਕਰ ਸਕਦੇ ਹਾਂ ਲੋੜ ਹੈ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਆਓ ਪਾਵਨ ਸ਼ਬਦ ਹੈ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ ਆਓ ਸਾਰੀ ਸੰਗਤ ਨੇ ਕਿਰਪਾ ਕਰਨੀ Ah, 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 ah
Thank you.
समान तीर्थ नहीं कोई गुर समान तीर्थ नहीं कोई तीर्थ जाओ कहाँ हो करते पंडित पूछो नदी न डूबे तुम्बड़ी तीर्थ विष्णु
मन मुख पर मन उतरे कमल तू से कहे गवा पूर पूरे बिन पार न पार दूर समान तीरत नहीं कोई नानक दूर समान तीरत नहीं ਕੇ ਵੀ ਦਿਖਾਏ ਸਾਰੀ ਸੰਗਤ ਉਸ ਸਾਖੀ ਤੋਂ ਭਲੀ ਬਾਤ ਜਾਣੂ ਹੈ ਕਿਸ ਤਰ੍ਹਾਂ ਭੁੱਲੇ ਹੋਏ ਬ੍ਰਾਹਮਣਾਂ ਨੂੰ ਪੰਡਤਾਂ ਨੂੰ ਸੂਰਜ ਵੱਲ ਦਿੰਦੇ ਹੋਏ ਪਾਣੀ ਤੋਂ ਹਟਾ ਕੇ ਉਪਦੇਸ਼ ਦਿੱਤਾ ਕਿ ਜਿਸ ਪਰਮਾਤਮਾ ਨੂੰ ਤੁਸੀਂ ਪਾਣੀ ਉੱਥੇ ਦੇਣ ਦਾ ਯਤਨ ਕਰ ਰਹੇ ਹੋ ਤੁਹਾਡੇ ਅੰਦਰ ਵਸਿਆ ਹੋਇਆ ਆਓ ਸਮਾਂ ਮੈਂ ਜ਼ਿਆਦਾ ਲੈ ਲਿਆ ਕਿਉਂਕਿ ਵਿਉਂਤ ਇਸ ਤਰ੍ਹਾਂ ਬਣਾਈ ਸੀ ਵੀ ਅੱਧਾ ਘੰਟਾ ਪਹਿਲਾਂ ਅਸੀਂ ਕਰਾਂਗੇ ਫਿਰ ਅੱਧਾ ਘੰਟਾ ਭਾਈ ਸਾਹਿਬ ਜੀ ਕਰਨਗੇ ਫਿਰ ਅੱਧਾ ਘੰਟਾ ਅਸੀਂ ਕਰਾਂਗੇ ਕਿਉਂਕਿ ਸੰਗਤ ਬਾਅਦ ਵਿੱਚ ਆਉਂਦੀ ਹੈ ਸਾਰਿਆਂ ਨੂੰ ਦੋਵੇਂ ਜਿੱਥੇ ਸੁਣਨ ਨੂੰ ਮਿਲ ਜਾਣ ਸੋ ਆਓ ਹੁਣ ਭਾਈ ਸਾਹਿਬ ਜੀ ਨਿਰਮਲ ਸਿੰਘ ਜੀ ਨਾਗਪੁਰੀ ਆਪ ਜੀ ਦੇ ਸਾਹਮਣੇ ਆ ਰਹੇ ਨੇ ਉਹਨਾਂ ਪਾਸੋਂ ਆਪ ਜੀ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਆਓ ਭਾਈ ਸਾਹਿਬ ਜੀ